ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫੈਕਟ ਨੇ। ਇਸ ਟਾਈਮ ਕਰ ਰਿਹਾ ਸੀ ਪਟਿਆਲਾ ਦੇ ਪੁਰਾਣੇ ਪੁਲਿਸ ਲਾਈਨ, ਜਿੱਥੇ ਬੈਸਟ ਸਟੇਟ ਟੀਚਰ ਦਾ ਅਵਾਰਡ ਮਿਲਿਆ, ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਮੇਰਾ ਨਾਮ ਮਨਦੀਪ ਕੌਰ ਅੰਟਾਲ, ਪ੍ਰਿੰਸੀਪਲ ਗੌਰਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਓਲਡ ਪੁਲਿਸ ਲਾਈਨ, ਪਟਿਆਲਾ। ਉਹਨੂੰ ਬੈਸਟ ਸਟੇਟ ਟੀਚਰ ਦਾ ਅਵਾਰਡ ਮਿਲਿਆ, ਉਹਦੇ ਉੱਪਰ ਦੱਸ ਦਿਓ। ਹਾਂਜੀ, ਇਸ ਵਾਰ ਜਿਹੜਾ ਬੈਸਟ ਸਟੇਟ ਟੀਚਰ ਅਵਾਰਡ ਕੁੱਲ ਜਿਹੜੇ ਹੈਗੇ ਆ 54 ਅਧਿਆਪਕਾਂ ਨੂੰ ਦਿੱਤਾ ਗਿਆ, ਅਤੇ ਉਹਦੇ ਵਿੱਚ ਮੇਰਾ ਸਟੇਟ ਦੇ ਵਿੱਚੋਂ 4th ਰੈਂਕ ਸੀਗਾ, ਅਤੇ ਬਹੁਤ ਖੁਸ਼ੀ ਹੋਈ ਹੈ ਜੀ ਕਿ ਸਰਕਾਰ ਨੇ ਮੈਨੂੰ ਇਸ ਲਈ ਚੁਣਿਆ। ਫਸਟ ਟਾਈਮ ਜਿਹੜਾ ਮੈਂ 26 ਸਾਲ ਹੋ ਗਏ ਜੋਬ ਕਰਦੇ ਨੂੰ, ਫਸਟ ਟਾਈਮ ਅਪਲਾਈ ਕੀਤਾ ਸੀ, ਔਰ ਬਹੁਤ ਸਕੂਲ ਦੇ ਵਿੱਚ ਅਸੀਂ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਿਛਲੇ ਸਾਲ ਜਿਹੜਾ ਹੈਗਾ ਸਾਡੇ 65 ਬੱਚੇ NMMS, PSTSC, NEET, IIT, ਸਕੂਲ ਆਫ ਐਮੀਨੈਂਸ ਔਰ ਮੈਰੀਟੋਰੀਅਸ ਸਕੂਲ ਦੇ ਵਿੱਚ ਸਿਲੈਕਟ ਹੋਏ। ਇਸੇ ਤਰ੍ਹਾਂ ਲਾਸਟ ਈਅਰ ਜਿਹੜੀਆਂ ਸਕੂਲ ਖੇਡਾਂ ਦੀ ਸੀਗੀਆਂ, ਸਟੇਟ ਪੱਧਰ 'ਤੇ ਸਾਡੇ 24 ਬੱਚਿਆਂ ਨੇ ਮੈਡਲ ਪ੍ਰਾਪਤ ਕੀਤੇ, ਔਰ 9 ਬੱਚਿਆਂ ਦੀ ਜਿਹੜੀ ਉਹ ਸਟੇਟ ਨੈਸ਼ਨਲ ਲਈ ਚੋਣ ਹੋਈ, ਜਿਹਦੇ ਵਿੱਚੋਂ 4 ਜਿਹੜੇ ਆ ਕਾਂਸੀ ਦੇ ਤਮਗੇ ਉਹਨਾਂ ਨੇ ਪ੍ਰਾਪਤ ਕੀਤੇ। ਔਰ ਮੈਂ ਖੁਦ ਵੀ ਜਿਹੜਾ 2 ਵਾਰੀ ਨੈਸ਼ਨਲ ਪੱਧਰ 'ਤੇ ਸਾਇੰਸ ਫੇਅਰ ਔਰ 6 ਵਾਰੀ ਜਿਹੜਾ ਸਟੇਟ ਪੱਧਰ 'ਤੇ ਇਨਾਮ ਜਿੱਤ ਚੁੱਕੀ ਹਾਂ। ਔਰ ਇਸ ਤੋਂ ਇਲਾਵਾ ਵੱਖ ਵੱਖ ਜਿਹੜੇ ਆ ਸਾਡੇ ਸਕੂਲ ਦੇ ਵਿੱਚ ਅਸੀਂ ਬਿਨਾਂ ਕਿਸੇ ਸਰਕਾਰੀ ਮਦਦ ਤੋਂ 2 ਜਿਹੜੇ ਆ ਵਾਸ਼ਰੂਮਸ ਤਿਆਰ ਕਰਵਾਏ ਨੇ, ਜਿਹੜਾ ਐਜੂਕੇਸ਼ਨਲ ਪਾਰਕ ਹੈ ਇਹਦੇ ਆਲੇ ਦੁਆਲੇ ਗ੍ਰਿਲ ਲਗਵਾਈ ਗਈ ਹੈ, ਔਰ ਮਿਡ ਡੇ ਮੀਲ ਦਾ ਸ਼ੈੱਡ ਪਵਾਇਆ, RO ਲਗਵਾਇਆ। ਸੋ ਪੂਰੇ ਸਟਾਫ ਔਰ ਦਾਨੀ ਸੱਜਣਾਂ ਦੀ ਮਦਦ ਦੇ ਨਾਲ ਅਸੀਂ ਜਿਹੜਾ ਸਕੂਲ ਦਾ ਹਰ ਪੱਖੋਂ ਵਿਕਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜਿਸ ਦੇ ਸਦਕਾ ਜਿਹੜਾ ਕੀ ਹੈ ਉਹ ਮੈਨੂੰ ਅੱਜ ਸਟੇਟ ਅਵਾਰਡ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ। ਕਿਵੇਂ ਦਾ ਮਹਿਸੂਸ ਹੋ ਰਿਹਾ ਘਰ ਦੇ ਵੱਲੋਂ ਜਾਂ ਸਕੂਲ ਸਟਾਫ ਵੱਲੋਂ, ਕਿਵੇਂ ਦਾ ਮਾਹੌਲ? ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ, ਬਹੁਤ ਖੁਸ਼ੀ ਹੈ ਕਿ ਅਣਥਕ ਮਿਹਨਤ ਦੇ ਬਾਅਦ 26 ਸਾਲਾਂ ਬਾਅਦ ਮੈਨੂੰ ਜਿਹੜਾ ਸਟੇਟ ਅਵਾਰਡ, ਕਿਉਂਕਿ ਸਭ ਤੋਂ ਹਾਈਐਸਟ ਅਵਾਰਡ ਹੈ ਐਜੂਕੇਸ਼ਨ ਦੇ ਫੀਲਡ 'ਚ ਆਪਣੀ ਸਟੇਟ ਦੇ ਲਈ, ਇਸ ਤੋਂ ਬਾਅਦ ਬਸ ਨੈਸ਼ਨਲ ਅਵਾਰਡ ਹੁੰਦਾ, ਉਹ ਤੁਹਾਨੂੰ ਨੈਸ਼ਨਲ ਲੈਵਲ 'ਤੇ ਰਿਕੋਗਨੀਸ਼ਨ ਹੈ। ਬਟ ਸਟੇਟ ਲੈਵਲ 'ਤੇ ਮੈਕਸੀਮਮ ਅਵਾਰਡ ਹੈ ਜਿਹਦੀ ਕਿ ਹਰ ਜਿਹੜਾ ਟੀਚਰ ਆ ਉਹਨੂੰ ਚਾਹਨਾ ਹੁੰਦੀ ਹੈ, ਔਰ ਅੱਜ ਉਹ ਮੈਨੂੰ ਸਰਕਾਰ ਵੱਲੋਂ ਦਿੱਤਾ ਗਿਆ, ਬਹੁਤ ਜ਼ਿਆਦਾ ਖੁਸ਼ੀ ਹੈ। ਜਿਸ ਦੇ ਲਈ ਮੈਂ ਜਿਹੜੇ ਆਪਣੇ ਪੇਰੈਂਟਸ ਸਰਦਾਰ ਮਨੋਹਰ ਸਿੰਘ ਸਿੱਧੂ, ਮੇਰੇ ਮਦਰ ਜਿਹੜੇ ਆ ਗੁਰਮੇਲ ਕੌਰ ਜੀ, ਔਰ ਮੇਰੇ ਫਾਦਰ ਇਨ ਲਾਅ ਸਰਦਾਰ ਹਜ਼ਾਰਾ ਸਿੰਘ, ਔਰ ਮੇਰੇ ਮਦਰ ਇਨ ਲਾਅ ਨਛੱਤਰ ਕੌਰ ਜੀ, ਜਿਹੜੇ ਅੱਜ ਸਾਡੇ ਦਰਮਿਆਨ ਨਹੀਂ ਹੈਗੇ, ਬਟ ਕਿਤੇ ਨਾ ਕਿਤੇ ਉਹਨਾਂ ਦੀਆਂ ਦੁਆਵਾਂ ਦਾ ਸਦਕਾ ਹੈ ਮੈਂ ਕਹਿੰਦੀ ਹਾਂ ਪਰਮਾਤਮਾ ਵੱਲੋਂ ਕਿ ਮੈਨੂੰ ਅੱਜ ਇਹ ਅਵਾਰਡ ਮਿਲਿਆ ਹੈ। ਅਗਰ ਉਹ ਅੱਜ ਹੁੰਦੇ ਤਾਂ ਬਹੁਤ ਜ਼ਿਆਦਾ ਖੁਸ਼ ਹੋਣਾ ਸੀ ਉਹਨਾਂ ਨੇ। ਸਕੂਲ 'ਚ ਹੋਰ ਕੀ ਐਕਟੀਵਿਟੀ ਕੀਤੀ ਜਾਂਦੀ? ਸਾਰੀਆਂ ਹੀ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਡਿਪਾਰਟਮੈਂਟ ਵੱਲੋਂ, ਜੋ ਵੀ ਹਦਾਇਤਾਂ ਹੁੰਦੀਆਂ, ਜਿਵੇਂ ਹੁਣ ਲੇਟੈਸਟ ਸਾਡਾ ਸਵੱਛਤਾ ਪਖਵਾੜਾ ਚੱਲ ਰਿਹਾ, ਉਹਦੀਆਂ ਸਪੋਰਟਸ ਦੀਆਂ ਹੋ ਗਈਆਂ, ਕਰੀਕੁਲਰ ਐਕਟੀਵਿਟੀਜ਼ ਜਿਵੇਂ ਕਲਾ ਉਤਸਵ, ਪਿਛਲੇ ਸਾਲ ਸਾਇੰਸ ਫੇਅਰ, ਸਾਰਾ ਕੁਝ ਔਰਗਨਾਈਜ਼ ਕਰਵਾਇਆ ਜਾਂਦਾ, ਔਰ ਡਿਸਟ੍ਰਿਕਟ ਲੈਵਲ, ਸਟੇਟ ਔਰ ਨੈਸ਼ਨਲ ਲੈਵਲ ਤੱਕ ਬੱਚਿਆਂ ਨੂੰ ਜਿਹੜਾ ਇਹਦੇ ਵਿੱਚ ਪਾਰਟੀਸਪੇਟ ਕਰਾਇਆ ਜਾਂਦਾ, ਔਰ ਨਾਲ ਦੀ ਨਾਲ ਕਾਫੀ ਜਿਹੜਾ ਸਕੂਲ ਦੇ ਵਿੱਚ ਇਨਾਮ ਪ੍ਰਾਪਤ ਕੀਤੇ ਨੇ। ਨੈਸ਼ਨਲ ਪੱਧਰ ਜਿਹੜਾ ਇਸਰੋ ਵੱਲੋਂ ਵੀ ਇੱਕ ਐਸੇ ਕੰਪੀਟੀਸ਼ਨ ਕਰਵਾਇਆ ਗਿਆ ਸੀ, ਤਾਂ ਟੌਪ 500 ਦੇ ਵਿੱਚ ਸਾਡੇ 2 ਬੱਚਿਆਂ ਨੇ ਉਹਦੇ ਵਿੱਚ ਜਿਹੜੀ ਆ ਪੋਜੀਸ਼ਨ ਹਾਸਲ ਕੀਤੀ ਸੀ, ਉਹਦਾ ਨੈਸ਼ਨਲ ਦਾ ਵੀ ਸਰਟੀਫਿਕੇਟ ਸਾਨੂੰ ਮਿਲਿਆ ਹੋਇਆ। ਪੰਜਾਬ ਸਰਕਾਰ ਵੱਲੋਂ ਅਵਾਰਡ ਦਿੱਤਾ ਗਿਆ, ਪੰਜਾਬ ਸਰਕਾਰ ਨੂੰ ਕੀ ਮੈਸੇਜ ਨਾਲ ਹੋਰ ਸਕੂਲ 'ਚ ਕੀ ਲੋੜ ਆ? ਹਾਂਜੀ, ਪੰਜਾਬ ਸਰਕਾਰ ਨੇ ਅਵਾਰਡ ਦਿੱਤਾ ਤਾਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਅਤੇ ਕਾਫੀ ਹੁਣ ਦੇਖੋ ਸਰਕਾਰ ਜਿਹੜੀ ਹੈ ਗ੍ਰਾਂਟਸ ਵਗੈਰਾ ਦੇ ਰਹੀ ਹੈ, ਅਤੇ ਤਾਂ ਕਿ ਸਕੂਲਾਂ ਦਾ ਜਿਹੜਾ ਸੁਧਾਰ ਹੋ ਸਕੇ। ਹੁਣ ਸਾਡੇ ਸਕੂਲ ਦੇ ਵਿੱਚ ਵੀ ਜਿਵੇਂ ਚੌਂਕੀਦਾਰ ਦੀ ਪੋਸਟ ਖਾਲੀ ਪਈ ਸੀਗੀ, ਅਤੇ ਹੁਣ ਸਾਨੂੰ ਚੌਂਕੀਦਾਰ ਵੀ ਦਿੱਤਾ ਜਾ ਰਿਹਾ, ਇੱਕ ਕੈਂਪਸ ਮੈਨੇਜਰ ਜਿਹੜੇ ਹੈਗੇ ਆ ਜਿਹੜੇ ਕਿ ਸਕੂਲ ਦੇ ਕੈਂਪਸ ਦਾ ਸੁਧਾਰ ਕਰਨਗੇ। ਹੋਰ ਕੋਈ ਵੀ ਜ਼ਰੂਰਤ ਹੈ, ਜਿਵੇਂ ਹੁਣ ਅਸੀਂ ਜਿਹੜੀ ਵੀ ਕੋਈ ਕੰਸਟਰਕਸ਼ਨ ਕਰਾਉਂਦੇ ਹਾਂ ਤਾਂ ਸਾਨੂੰ ਖੁਦ ਕਰਨਾ ਪੈਂਦਾ ਸਾਰਾ ਕੰਮ, ਅਤੇ ਹੁਣ ਕੈਂਪਸ ਮੈਨੇਜਰ ਦੇ ਆਉਣ ਨਾਲ ਜਿਹੜਾ ਇਹ ਜ਼ਿੰਮੇਵਾਰੀ ਸਾਡੀ ਵੰਡੀ ਜਾਏਗੀ। ਸਕੂਲ ਦਾ ਜਿਹੜਾ ਛੋਟਾ ਵੱਡਾ ਕੋਈ ਵੀ ਰਿਪੇਅਰ ਦਾ ਕੰਮ ਹੈ, ਕੰਸਟਰਕਸ਼ਨ ਦਾ ਕੰਮ ਹੈ, ਸੋ ਸਾਨੂੰ ਇਹ ਬਹੁਤ ਮਦਦ ਹੋਏਗੀ ਉਹਨਾਂ ਦੇ। ਸੋ ਇਸ ਲਈ ਵੀ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਚੌਂਕੀਦਾਰ ਔਰ ਜਿਹੜੇ ਕੈਂਪਸ ਮੈਨੇਜਰ ਹੈ ਉਹ ਸਕੂਲਾਂ 'ਚ ਭੇਜੇ ਹੈ। ਇਸ ਦੇ ਨਾਲ ਸਾਨੂੰ ਸਕੂਲ ਨੂੰ ਹੋਰ ਬਿਹਤਰ ਜਿਹੜਾ ਕੰਮ ਕਰਨ ਦੇ ਵਿੱਚ ਮਦਦ ਮਿਲੇਗੀ। ਪੁਰਾਣੇ ਪੁਲਿਸ ਲਾਈਨ ਦੇ ਪ੍ਰਿੰਸੀਪਲ ਪਟਿਆਲਾ ਫੈਕਟ ਨੇ ਜੀ, ਕੇਸ਼ਵ ਕੁਮਾਰ ਕੀ ਰਿਪੋਰਟ।